ਪਰ ਡਬਲ ਟੱਚ ਪੁਆਇੰਟ ਇਸ ਵੇਲੇ ਹੀਰੇ ਬਟਦਾ ਪਰਜੀਆਂ ਵਾਲੇ ਤਿੰਦੇ ਦੀ ਰੇਡ ਤੇ ਮੱਖਣ ਅਲੀ ਦੀ ਗੱਲ ਕਰਨਗੇ ਲਓ ਪਰਜੀਆਂ ਵਾਲਾ ਸ਼ਾਹਕੋਟ ਦਾ ਮਹਿਤਪੁਰ ਦਾ ਏਰੀਆ ਨੰਗਲ ਅੰਬੀਆਂ ਦਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਪਰਜੀਆਂ ਵਾਲਾ ਤਿੰਦਾ ਵਧਿਆ ਹੋਇਆ ਖਿਡਾਰੀ ਦੂਸਰੇ ਪਾਸੇ ਆਜ਼ਾਦ ਐਪਸਪੋਰਟ ਦੀ ਟੀਮ ਦਾ ਏਆਰ ਦਿੜਵੇ ਵਾਲਾ ਖੁਸ਼ੀ ਕਹਿੰਦੇ ਦਰਸ਼ਕਾਂ ਨੂੰ ਖੁਸ਼ ਕਰਦਾ ਜਦੋਂ ਜੱਫੇ ਲਾਉਂਦਾ ਆਓ ਪੁਆਇੰਟ ਵੈਨਕੂਵਰ ਕਬੱਡੀ ਕਲੱਬ ਗਿਆਨ ਬਿਣਗ ਉਹਨਾਂ ਦੀ ਰਾਣੇ ਗਿੱਲ ਉਹਨਾਂ ਦੀ ਸਨੀ ਸੋਤੇ ਉਹਨਾਂ ਦੀ ਸੰਤੋਖ ਢੇਸੀ ਬੂਟਾ ਸਾਡੇ ਵੀਰ ਬੂਟੇ ਜੌਲ ਉਹਨਾਂ ਦੀ ਅੱਖੀ ਟੀਮ ਚਾਹੇ ਬਿੱਟੂ ਸੰਧੂ ਨੰਗਲਾਂ ਦੀ ਪ੍ਰਧਾਨ ਵੈਨਕੂਵਰ ਕਬੱਡੀ ਕਲੱਬ ਮਾਲਾ ਪੇਂਟਿੰਗ ਤੋਂ ਸ਼ੇਰਾ ਬਰਾੜ ਜੀ ਜਲਾਲਪੁਰੀਏ ਪਾਲੇ ਲਈ $50 ਦਾ ਮਾਨ ਸਨਮਾਨ ਭੇਜਦੇ ਹੋਏ ਮਾਲਾ ਪੇਂਟਿੰਗ ਵਾਲੇ ਸ਼ੇਰਾ ਬਰਾੜ ਉਹਨਾਂ ਦਾ ਧੰਨਵਾਦ ਨਾਲ ਸੰਦੀਪ ਲੁੱਧੜ ਨਾਮ ਸੰਦੀਪ ਕੌਡੀ ਵਿੱਚ ਲੱਗੇ ਹਰਜੀਤ ਵਿੱਚ ਹੈ ਮੈਦਾਨੇ ਜਿਹੜਾ ਫੱਟੇ ਚੱਕਦਾ ਵੇਰ ਕੇ ਕਬੱਡੀ ਪਾਉਂਦਾ ਪਿੰਡ ਕਹਿੰਦੇ ਦਿੜਬਾ ਹੈ ਜੱਟ ਦਾ ਵੇਰ ਕੇ ਕਬੱਡੀ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਨਾਲ ਵੇਰ ਵੇਰ ਕੇ ਕਬੱਡੀਆਂ ਪਾਉਣ ਵਾਲਾ ਕਬੱਡੀ ਖਿਡਾਰੀ ਗੱਚ ਹੋਰੀ ਛਾਤੀ ਦਾ ਮਾਲਕ ਮੈਦਾਨ ਦੇ ਵਿੱਚ ਪਈ ਹੋਈ ਰੇਡ ਰਾਣਾ ਅਲੀ ਸ਼ਾਨ ਕਹਿੰਦਾ ਮੈਂ ਕਰਦਾ ਦੋ ਹੱਥ ਨਾ ਬੱਲੇ ਬੱਲੇ ਦੇ ਪੁਆਇੰਟ ਸੰਦੀਪ ਲੋਧੜ ਦਾ ਲਓ ਸੰਦੀਪ ਲੋਧਰ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਰੂਪੀ ਦਾ ਵੀਰ ਸੇਠੀ ਹਰਖੋ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਿੰਗਲ ਟਰੈਕ ਵੀ ਆ ਰਿਹਾ ਇਸ ਨੌਜਵਾਨ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਾਫੀ ਵੈਨਕੂਵਰ ਕਬੱਡੀ ਕਲੱਬ ਦੇ ਜਲਾਲਪੁਰੀਆ ਪਾਲਾ ਕਰਦਾ ਕੋਸ਼ਿਸ਼ ਔਰ ਦੂਸਰੇ ਪਾਸੇ ਨੌਜਵਾਨ ਸੇਠੀ ਹਰਖੋ ਵਾਲੀ ਆ ਜਿਲ੍ਹੇ ਹੁਸ਼ਿਆਰਪੁਰ ਦਾ ਪਰ ਜਲਾਲਪੁਰੀਆ ਮੰਨਿਆ ਪ੍ਰਮੰਨਿਆ ਖੇਡ ਕਬੱਡੀ ਦਾ ਜਾਫੀ ਪਰ ਪੁਆਇੰਟ ਪੁਆਇੰਟ ਨੌਜਵਾਨ ਸੇਠੀ ਹਰਖੋ ਵਾਲੀਏ ਦਾ ਪੁਆਇੰਟ ਇਸ ਵੇਲੇ ਆਜ਼ਾਦ ਐਰਸਪੋਰਟ ਕਬੱਡੀ ਕਲੱਬ ਦਾ ਦਾਰੇ ਮਠੱਡੇ ਉਹਨਾਂ ਦਾ ਬਰਾਜ ਸੰਘੇ ਹੋਣਾ ਦਾ ਬਬਲ ਸੰਗਰੂਰ ਨਾਲ ਕਹਿੰਦੇ ਸਾਬੀ ਕੂਨਰ ਚਮਕੀਲੇ ਹੋਣਾ ਦਾ ਵਿਸ਼ੇਤਰ ਤੇ ਧੰਨਵਾਦ ਨੇਕੇ ਨਕੋਦਰ ਹੋਣਾ ਦਾ ਇਸ ਖੇਡ ਕਲੱਬ ਦੇ ਲਈ ਨੌਜਵਾਨ ਕਾਲੇ ਮਲੇਰਕੋਟਲੇ ਹੋਣਾ ਦਾ ਪਰ ਸੁਲਤਾਨ ਵੈਨਕੂਵਰ ਕਬੱਡੀ ਕਲੱਬ ਵੱਲੋਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੁਸ਼ੀ ਦੂਸਰੇ ਪਾਸੇ ਬੰਟੀ ਖੁਸ਼ੀ ਬੰਟੀ ਜਾਂ ਫਿਰ ਜਖੇਪਲੀਆ ਰਾਜ ਆ ਜਖੇਪਲ ਵਾਲਾ ਬਾਹੋ ਜਖੇਪਲ ਵਾਲਿਆ ਪੁਆਇੰਟ ਸੁਲਤਾਨ ਦਾ ਪੁਆਇੰਟ ਇਸ ਵੇਲੇ ਰੇਡਰ ਦਾ ਲਾਲੀ ਝੱਖੜ ਵਾਲਾ ਸਾਡਾ ਵੀਰ ਇਹਨਾਂ ਬੋਲਾਂ ਦਾ ਮਾਣ ਕਰ ਰਿਹਾ ਬਹੁਤ ਬਹੁਤ ਧੰਨਵਾਦ ਥੋੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਨਸ਼ੇ ਲੜਾਈਆਂ ਤੋਕੀ ਲੈਣਾ ਪਿਆਰ ਨਾਲ ਸਦਾ ਰਲ ਕੇ ਰਹਿਣਾ ਚੰਗੀ ਸਿਹਤ ਉਮਰ ਦਾ ਗਹਿਣਾ ਗੱਲ ਪੱਲੇ ਗੰਢ ਲਈਏ ਰਾਜੇ ਖੇਲੇ ਕੱਢ ਦਸਵੰਧ ਲੋੜ ਬੰਦਾ ਵਿੱਚ ਵੰਡ ਦਈਏ ਰਾਜੇ ਖੇਲੇ ਕੱਢ ਦਸਵੰਧ ਲੋੜਵੰਦਾਂ ਵਿੱਚ ਵੰਡ ਦਈਏ ਪਿਆਰ ਦੇ ਨਾਲ ਆਪਾਂ ਇੱਦਾਂ ਚੰਗੇ ਨਹੀਂ ਲੱਗਦੇ ਸੋ ਪਲੀਜ਼ ਬੇਨਤੀ ਆ ਸਾਰਿਆਂ ਨੇ ਸਵੇਰੇ ਕੰਮਾਂ 'ਤੇ ਵੀ ਜਾਣਾ ਹੈ ਪਲੀਜ਼ ਕਬੱਡੀ ਖੇਡ ਹੀ ਹੈ ਨੂਰ ਟੈਂਟ ਹਾਊਸ ਦਾ ਵੀ ਵਿਸ਼ੇਤਰ 'ਤੇ ਧੰਨਵਾਦ ਹੈ ਪਲੀਜ਼ ਕੋਈ ਗੱਲ ਨਹੀਂ ਹੋ ਜਾਂਦਾ ਅਕਸਰ ਹੀ ਹੋ ਜਾਂਦਾ ਜਿੱਥੇ ਪੰਜਾਬੀ ਇਕੱਠੇ ਹੋਣ ਅਤੇ ਉੱਥੇ ਕੁਝ ਨਾ ਕੁਝ ਹੋ ਹੀ ਜਾਂਦਾ ਪਰ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਕਾਲਿਆ ਥੋੜ੍ਹਾ ਥੋੜ੍ਹਾ ਠੀਕ ਹੁੰਦਾ ਜਿਵੇਂ ਕਹਿੰਦੇ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ ਪਰ ਆਪਾਂ ਜਲਦੀ ਹੀ ਮੈਚ ਦੀ ਸ਼ੁਰੂਆਤ ਕਰੀਏ ਬੇਨਤੀ ਹੈ ਰੂਬੀ ਜੀ ਸੁਖੀ ਪਲੀਜ਼ ਦੋਨੋਂ ਪਾਸੇ ਸੁਲਝੇ ਨੇ ਵਿੱਚ ਥਿੰਦ ਪ੍ਰਧਾਨ ਖੜ੍ਹੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਰਾੜਾਂ ਦਾ ਛੱਡ ਦਿਓ ਨਸ਼ੇ ਵਾਸਤੇ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਮੈਚ ਹੀ ਬੜਾ ਤਕੜਾ ਲਓ ਹੀਰਾ ਬੱਟ ਮੇਰੇ ਵੀਰੋ ਆ ਗਿਆ ਕਬੱਡੀ ਪਾਉਣ ਦੇ ਲਈ ਹੀਰਾ ਬੱਟ ਲੈਂਦੇ ਪੰਜਾਬ ਦਾ ਚਾਰ ਜਾਫੀ ਚੜ੍ਹਦੇ ਪੰਜਾਬ ਦੇ ਆਖੀਏ ਤੇ ਕੱਲ ਵੱਖਰੀ ਮੇਰੇ ਵੀਰੋ ਨੰਗਲੰਬੀਆਂ ਵਾਲਾ ਸੰਦੀਪ ਪਰ ਡਬਲ ਟੱਚ ਦਾ ਇਸ਼ਾਰਾ ਰੂਬੀ ਹੁਣਾਂ ਦਾ ਫੈਸਲਾ ਵੀ ਪੁਆਇੰਟ ਹੀਰੇ ਬੱਟ ਦਾ ਪੁਆਇੰਟ ਇਸ ਵੇਲੇ ਹੀਰੇ ਬੱਟ ਦਾ ਪਰਜੀਆਂ ਵਾਲੇ ਤਿੰਦੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪੈ ਚੁੱਕੀ ਹੈ ਲਓ ਪਰਜੀਆਂ ਵਾਲਾ ਤਿੰਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਪਈ ਹੋਈ ਰੇਡ ਹੁੰਦਾ ਹੋਇਆ ਫਿਰ ਕਮਾਲ ਲਓ ਦੂਸਰੇ ਪਾਸੇ ਆਜ਼ਾਦ ਐਪਸਪੋਰਟ ਕਬੱਡੀ ਕਲੱਬ ਬਲਾਜ ਸੰਘੇ ਉਹਨਾਂ ਦੀ ਮਠੱਡਿਆਂ ਦੇ ਦਾਰੇ ਉਹਨਾਂ ਦੀ ਨੇਕੇ ਉਹਨਾਂ ਦੀ ਸੀਤੇ ਉਹਨਾਂ ਦੀ ਖੇਡ ਕਲੱਬ ਵੱਡਾ ਪ੍ਰਦਰਸ਼ਨ ਇਸ ਮੈਦਾਨ ਦੇ ਅੰਦਰ ਕੀਤਾ ਜਾ ਰਿਹਾ ਅਤੇ ਅਗਲੀ ਕਬੱਡੀ ਹੀਰਾ ਆਹ ਮਸਲਾ ਕੱਪ ਦਾ ਬਣ ਗਿਆ ਦੋ ਕੌਡੀਆਂ ਹੁਣ ਤੂੰ ਪਾ ਦੇ ਬਾਬਾ ਜੋਨ ਸਿੰਘ ਗਿੱਲ ਸੁਰਖਪੁਰੀਏ ਦੁੱਲੇ ਨੂੰ ਆਖਦੇ ਹੁੰਦੇ ਸਨ ਗੁਲਾਮ ਆਵਾਸ ਬੱਟ ਨੇ ਆਖਿਆ ਵੀ ਹੀਰਿਆ ਹੁਣ ਮਸਲਾ ਕੱਪ ਦਾ ਬਣ ਗਿਆ ਹੁਣ ਦੋ ਕੌਡੀਆਂ ਪਾ ਦੇ ਮਸਲਾ ਕੱਪ ਦਾ ਬਣ ਗਿਆ ਏ ਹੁਣ ਤੂੰ ਦੋ ਕੌਡੀਆਂ ਪਾ ਦੇ ਆਓ ਪੁਆਇੰਟ
हीरा भट्ट अपनी टीम के लिए जोड़ दे कामयाब है। संदीप लोधड़ की अगली रेड मैदान के अंदर पैंती हुई। सनी सोते ने भी आख्या भी लोधड़ हुण दो दो कबड्डियां पा के अड़िया होया गड्डा कढ़न वाली गल करनी है जिस मैदान दे विच कि तेनू पालिया शेरा होए माने खवा के देसी घिओ दी चूरी। सुन मां दे वखणा वे साडा जितना बहुत जरूरी एब सपोर्ट तो सारा नचूगा हुण जोर पट्टां दा ला दे मसला कप दा बन गया होए। सज्जना दो दो कौडियां पा दे सोने दो दो कौडियां पा दे लो हुण कहिंदे दो दो कबड्डियां वाला पर हुण मैनूं लगदा भी तीजी पै गई है। लो बारू रुड़की वाला अगली रेड पावेगा खेड मैदान दे विच। रुड़की वाला बारू खेड मैदान के अगली रेड पाने के लिए नौजवान वाधा होया है। बीवीएस रुड़का बाईएफसी रुड़का का बड़ा नाम है टोनी संधु होना का गुरमंगल का सोनी होना का। लो सामने कबड्डी मेरे वीरियो इस नौजवान की पै चुकी है चार जाफी चारों के कौन इस नौजवान के नाल मुकाबला करता गल समय की जलालपुर का पाला इस वे लोहिया का एरिया ए लग्या पिया चोर दोनों कबड्डी खिडारियों के दरमियान पाला ते बारू बारू ते पाला रुड़की वाला नौजवान वाह पॉइंट रेडर दा पॉइंट रेडर दा पॉइंट रेडर दा नचदे टपदे कुलदीप चूड़ चक्कीए दा ध्रूं दौदर होना दा हैप्पी जगराओं होना दा विशेष तौर पर धन्यवाद। लो सामने सुल्तान अगली रेड पाउण दे लई खेड मैदान दे विच नौजवान वाधा होया है शमशपुरिया सुल्तान कबड्डी पा रहा मेरे वीर राज पर फाउल होया हैप्पी कातरों वाला थोड़ा नौजवान बाहर गया। यह है हीरा बट फिर कबड्डी पाउण दे लई वाधा होया लिशकदे ने पिंडे पैण पट्टां विच घुगियां एन जोर है जवानी की गल है मेरे वीर याद पर पॉइंट रेडर का पॉइंट हीरे बट का अगली रेड खेड मैदान परजियां वाले तिंदे की कप उही जितणगे जिन्हां दे डौलियां पट्टां दे विच जाना सिंह फसे ने कुंडियां दे मैच कबड्डी दा जो होना आओ पिंडे लिशकण मुंडिया दे सब ने जोर हिक दा लाउणा हुंदे भेड़ दे सानां दे खड़के वेखू कुल जमाना आओ कप उही जितणगे जिन्हां दे डौलियां पट्टां विच जाना आओ पण परजियां वाला मैदान दे विच बहुत वधिया नंबर जोड़ दे विच कामयाब हीरे दी रेड दे नाल फिर जुड़ीए हीरा अगली कबड्डी पाउण दे वास्ते लैंदे पंजाब दी धरती दा जंपल और हीरा खेड कबड्डी दा डायमंड आख्या इस नौजवान नूं टोरंटो दे खेड मैदानां दे विच लाओ कबड्डी पाउण दे वास्ते वधिया होया हीरा बहुत वधिया। और दूसरे पासे वरिंदर भूरा घड़ूए वाला डकरण दी कोशिश करदा फब्बण ग्राउंडा खिडारियां नाल सदा फब्बण ग्राउंडा खिडारियां नाल सदा खिडारी जे शरीर विच होवे तां जान फब्बदा जिनी खुराक खा के मेहनत लाई होवे ते फिर उन्ना ही कहिंदे जवान फब्बदा लाओ जवान फब्बदा मैदान दे विच पई होई कबड्डी संदीप लोधड़ दी अगे वध के देखदे मित्रे पासे लाओ डबल टच दा इशारा ते पॉइंट संदीप लोधड़ दे हिस्से दे विच अंक जुड़दा होया चल भी भुपिंदर सिंह टाकरे जे हो गए आमो सामने ते गोली सीधी हिक विच आऊ मित्रा भुपिंदर सेठी दा गीत लक्की थ्याड़ा करके मशहूर पई होई आजाद एब स्पोर्ट कबड्डी क्लब वालों रेड मैदान के अंदर लाओ पॉइंट यह है नौजवान भुपिंदर सिंह हरखो वाली सेठी इकबाल रूबी का वड्डा वीर है सा जसविंदर सिंह मां राजविंदर कौर के दो पुत्र खेडते कबड्डी लाओ अगली रेड के नाल फिर जुड़ांगे इस मैदान के कबड्डी पाने के वास्ते तैयार बर तैयार नौजवान वैनकूवर कबड्डी क्लब की टीम का देखते भी अगे वध के परजियां वाला तलविंदर सिंह तेंदा अगली रेड मैदान के पाने के वास्ते वाधा होया परजियां वाला तेंदा इस वेले खेड मैदान के नौजवान कबड्डी पा रहा है हरदीप फुल होना बिंदर जगराओं होना जगदेव बराड़ होना लख लख बार दीपे होना मुबारकबाद है तारे होना लाओ एक पासे कबरू दुगा वाला खुशी ते दूजे पासे तिंदा पॉइंट पॉइंट तिंदे परजियां वाले का पॉइंट वैनकूवर कबड्डी क्लब का पॉइंट वैनकूवर कबड्डी क्लब के हिस्से जा जुड़िया है पॉइंट इस वे रेडर का ज्ञान सिंह जी विनिंग संतोख ढेसी जी राणा गिल जी सनी सहोता बूटा जौल होना का विशेष तौर पर मनजीत बासी होना का धन्यवाद है। किसी का फोन डिग्या लखे दयालपुरे वाले नूं मिलिया है वो प्लीज़ साढ़े तो आके प्राप्त कर सकते हो जे किसी भी वीर का फोन गवाचा हो आईफोन है प्लीज़ जे किसी किहड़े भी वीर का हो साथों आके प्राप्त कर सकते हो। हीरा पट ते संदीप नंगल अंबियां वाला संदीप वाह भी वाह लग्या पिया जो वाह पॉइंट रेडर का पॉइंट हीरे बट का सुल्तान की रेड इस वे खेड मैदान के नौजवान की
ਪੈ ਚੁੱਕੀ ਮੇਰੇ ਵੀਰਿਓ। ਸੁਲਤਾਨ ਸ਼ਮਸ਼ਪੁਰੀਆ ਕਬੱਡੀ ਪਾ ਰਿਹਾ ਰਾਣਾ ਅਲੀ ਸ਼ਾਨ, ਦੂਸਰੇ ਪਾਸੇ ਨੌਜਨ ਗੱਭਰੂ ਕਰਦਾ ਕੋਸ਼ਿਸ਼ ਜੱਫਾ ਲਾਉਣ ਦੀ, ਪੁਆਇੰਟ ਰੇਡਰ ਦਾ, ਪੁਆਇੰਟ ਰੇਡਰ ਦਾ। ਅਗਲੀ ਰੇਡ ਲਖਵਿੰਦਰ ਕੁਮਾਰ ਬਾਰੂ, ਬਾਰੂ ਦੀ ਰੇਡ। ਸਾਬੀ ਸੋਤੇ ਬੜੇ ਪਿੰਡੀਏ ਵੱਲੋਂ ਜਲਾਲਪੁਰੀਆ ਪਾਲਾ, ਜਿਹਨੇ ਜੱਫੇ ਲਾਵੇਗਾ ਉਹਨੇ $100 ਦੇ ਨਾਲ ਮਾਨ ਸਨਮਾਨ ਦਿੱਤੇ ਜਾਣਗੇ। ਬੜੇ ਪਿੰਡੀਏ ਸਾਬੀ ਸੋਤੇ ਵੱਲੋਂ ਜਲਾਲਪੁਰੀਆ ਪਾਲਾ, ਜਿਹਨੇ ਜੱਫੇ ਲਾਵੇਗਾ $100 ਦੇ ਨਾਲ ਮਾਨ ਸਨਮਾਨ ਹੋਣਗੇ। ਲਓ ਯਾਦ, ਮੈਦਾਨ ਦੇ ਅੰਦਰ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਕਿ ਮਾਸਟਰ ਕਬੱਡੀ ਦਾ ਕਾਕਾ ਕਾਰੀ ਸਾਰੀ ਸਭ ਤੋਂ ਸੋਹਣਾ ਯਾਦ ਕੋਟਲੀ ਜਿਉਂ ਸੁਰਮੇ ਦੀ ਧਾਰੀ। ਪਰ ਬਾਰੂ ਬਹੁਤ ਵਧੀਆ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਇਧਰੇ ਪਾਸੇ। ਅਗਲੀ ਰੇਡ ਦੇ ਨਾਲ ਫਿਰ ਜੁੜਾਂਗੇ ਇਸ ਮੈਦਾਨ ਦੇ ਨਾਲ ਸਾਰੇ ਕਬੱਡੀ ਦੇ ਪ੍ਰੇਮੀ ਜੋ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ ਤੋਂ ਟੀਮ ਪੰਜਾਬੀ ਦੇ ਥਰੂ ਜੁੜੇ ਹੋਏ ਨੇ। ਉਹਨਾਂ ਸਾਰਿਆਂ ਦਾ ਹਰਜੀਤ ਐਂਡ ਤਲਵਾਰ ਐਪਸਪੋਰਟ ਕਬੱਡੀ ਕਲੱਬ ਵੱਲੋਂ ਔਰ ਯੂਨਾਈਟਡ ਕੈਨੇਡਾ ਕਬੱਡੀ ਫੈਡਰੇਸ਼ਨ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਓ ਸੰਦੀਪ ਲੁੱਦੜ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ, ਗੱਜ ਚੌੜੀ ਛਾਤੀ ਦਾ ਮਾਲਕ। ਲਓ ਅੱਗੇ ਵੱਧ ਕੇ ਦੇਖਦੇ ਮੈਂ ਦਲੇਰੀ ਦੇ ਨਾਲ ਹੱਲਾ ਬੋਲਦਾ ਹੋਇਆ ਨੌਜਵਾਨ ਪਈ ਹੋਈ ਕਬੱਡੀ ਦੇ, ਕਿਹੜਾ ਨੌਜਵਾਨ ਇਹਦੇ ਪਾਸੇ ਕਰਦਾ ਕੋਸ਼ਿਸ਼। ਲਓ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ। ਅਗਲੀ ਕਬੱਡੀ ਹੀਰਾ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਦੇਖਦੇ ਮੈਂ ਤਿਆਰ ਬਰ ਤਿਆਰ ਹੀਰੇ ਵਰਗਾ ਕਬੱਡੀ ਖਿਡਾਰੀ ਅੱਗੇ ਵੱਧ ਕੇ ਹੱਲਾ ਬੋਲਦਾ ਹੋਇਆ। ਟੱਲੀਆਂ ਦੀ ਟਨ ਟਨ ਵਰਗੇ, ਘੁੰਗਰੂ ਦੀ ਛਣ ਛਣ ਵਰਗੇ, ਚੜ੍ਹਦੀ ਪ੍ਰਭਾਤ ਵਰਗੇ, ਪੁੰਨਿਆਂ ਦੀ ਰਾਤ ਵਰਗੇ। ਲਓ ਪਈ ਹੋਈ ਕਬੱਡੀ ਦੇ, ਕਿਹੜਾ ਨੌਜਵਾਨ ਜਾਂ ਫੜਨ ਦੀ ਕੋਸ਼ਿਸ਼ ਕਰਦਾ। ਔਰ ਦੂਸਰੇ ਪਾਸੇ ਸੰਦੀਪ ਨੰਗਲੰਬੀਆਂ ਵਾਲਾ, ਇੱਕ ਪਾਸੇ ਸੁਪਰ ਸਟਾਰ ਹੈ, ਦੂਸਰੇ ਪਾਸੇ ਸਟਾਰ ਚੜ੍ਹਦੀ ਵਰੇਸ ਦਾ। ਲਓ ਹੋਈ ਪਈ ਬੱਲੇ ਬੱਲੇ ਦਾ ਹੀਰਾ 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 ਬੱਟ ਇਸ ਵੇਲੇ ਜਸਵੀਰ ਸਿੰਘ ਮਨਮੈਤ ਹੋਣਾ ਦਾ ਧੰਨਵਾਦ। $100 ਇੱਧਰ ਸਾਬੀ ਕੂਨਰ ਵੱਲੋਂ ਹੀਰੇ ਬੱਟ ਦੇ ਲਈ ਪੁੱਜਿਆ, ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਹੀਰਾ ਬੱਟ। ਲਓ ਅਗਲੀ ਰੇਡ ਇਸ ਵੇਲੇ ਸੁਲਤਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਰਿੰਕੂ ਰੰਧਾਵੇ ਹੋਣਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਆ। ਬੀਲਾ ਪਿੰਡ ਹੈ। ਔਰ ਦੂਸਰੇ ਪਾਸੇ ਆਪਾਂ ਵੇਖੀਏ ਨੌਜਨ ਸੁਲਤਾਨ ਜਖੇਪਲਵਾ ਰਾਓ ਨੌਜਵਾਨ ਨਹੀਂ ਰੀਸੈਂ ਹੀਰੇ ਬੱਟ ਦਾ $100 ਮੇਰੇ ਕੋਲ ਪੁੱਜਿਆ, $50 ਜਲਾਲਪੁਰੀਏ ਪਾਲੇ ਦੇ ਪੁੱਜੇ, ਬਾਅਦ ਦੇ ਵਿੱਚ ਮੇਰੇ ਤੋਂ ਆ ਕੇ ਪ੍ਰਾਪਤ ਕਰ ਲੈਣਗੇ। ਪਰ ਵੇਖੀਏ ਖੇਡ ਮੈਦਾਨ ਦੇ ਵਿੱਚ ਨੌਜਵਾਨ ਸੇਠੀ ਹਰਖੋਵਾਲ ਦਾ ਪੁਆਇੰਟ ਰੇਡਰ ਦਾ। ਜੇ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਸੰਗਤ ਖੁਸ਼ ਹੈ, ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਨੂੰ ਵਧਾਈ ਹੈ ਇਸ ਗੱਲ ਦੀ ਵੀ ਟੌਪ ਦਾ ਟੂਰਨਾਮੈਂਟ ਹੋਇਆ, ਟੌਪ ਦੀ ਕਬੱਡੀ ਹੋਈ। ਪਰਦੀਆਂ ਵਾਲਾ ਤਿੰਦਾ ਬਹੁਤ ਤਿੰਦਿਆ, ਦੂਜੇ ਪਾਸੇ ਦੁੱਗਾਂ ਵਾਲਾ ਖੁਸ਼ੀ ਤੇ ਪਰਜੀਆਂ ਦਾ ਤਿੰਦਾ ਜ਼ੋਰ ਲੱਗਿਆ ਪਿਆ। ਪੁਆਇੰਟ ਵੈਨਕੂਵਰ ਕਬੱਡੀ ਕਲੱਬ ਦਾ, ਸਵਰਗ ਹੈ ਬਲਜੀਤ ਸਿੰਘ ਗਿੱਲ ਸੁੱਖੀ ਬਿਨਗ ਦੀ ਯਾਦ ਦੇ ਵਿੱਚ ਬਣੀ ਹੋਈ ਖੇਡ ਕਲੱਬ ਦਾ ਇਹ ਪੁਆਇੰਟ ਹੈ। ਲੈ ਵੀ ਹਰਦੀਪ ਫੁੱਲ ਮੁਬਾਰਕਬਾਦ ਹੈ ਨੌਜਵਾਨਾਂ ਤੁਹਾਡੀ ਸਾਰੀ ਕਲੱਬ ਨੂੰ, ਸਫਲ ਟੂਰਨਾਮੈਂਟ, ਸਵੇਰ ਤੋਂ ਲੈ ਕੇ ਤਕੜੇ ਮੁਕਾਬਲੇ, ਹਰ ਇੱਕ ਮੈਚ ਦੀ ਜਿੱਤ ਹਾਰ ਕਹਿੰਦੇ ਇੱਕ ਦੋ ਪੁਆਇੰਟਾਂ 'ਤੇ ਹੋਈ ਹੈ। ਖੇਡ ਮੈਦਾਨ ਦੇ ਵਿੱਚ ਹੀਰਾ ਬੱਟ ਜਲਾਲਪੁਰੀਆ ਪਾਲਾ, ਬਾਲਾ ਜਲਾਲਪੁਰ ਦਾ ਹੀਰਾ ਬੱਟ ਇਸ ਵੇਲੇ ਪੁਆਇੰਟ ਰੇਡਰ ਦਾ। ਰੁਪਿੰਦਰ ਦਵੇਸਰ ਜੀ ਅਤੇ ਹਰਮੇਸ਼ ਦਵੇਸਰ ਜੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਨਾਲ ਮਿਡਵੈਲੀ ਇੰਸ਼ੋਰੈਂਸ ਦੇ ਸੁੱਖੀ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਰਾਣਾ ਅਲੀ ਸ਼ਾਨ, ਅਲੀ ਸ਼ਾਨ ਪਰ ਨਾ ਕਹਿੰਦੇ ਰਾਣਾ ਹੈ। ਖੇਡ ਮੈਦਾਨ ਦੇ ਵਿੱਚ ਗੱਭਰੂ ਪੁਆਇੰਟ ਇਸ ਵੇਲੇ ਰੇਡਰ ਦਾ। ਹਾਫ ਟਾਈਮ ਦੇ ਵਿੱਚ ਤਾਹਿਰ ਸਾਰੇ ਗੁਲਾਮ ਅਬਾਸ ਬੱਟ ਜੀ ਅਤੇ ਤਾਹਿਰ ਗੁਰਾਇਆ, ਦੋ ਸਟਾਰ ਖਿਡਾਰੀਆਂ ਦਾ ਜਿਹੜਾ ਸਨਮਾਨ ਇਸ ਮੈਚ ਦੇ ਹਾਫ ਟਾਈਮ ਦੇ ਵਿੱਚ ਹੋਵੇਗਾ। ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਰੁੜਕੀ ਵਾਲਾ ਬਾਰੂ, ਤਿੰਨ ਕਬੱਡੀਆਂ ਬੱਟ ਦੀਆਂ, ਹੀਰੇ ਦੀਆਂ $50 ਦੀਆਂ ਹੋਣਗੀਆਂ, ਜਲਾਲਪੁਰੀਆ ਪਾਲਾ ਅਤੇ ਦੂਜੇ ਪਾਸੇ ਬਾਰੂ ਸੁਲਤਾਨ। ਮੈਚ ਬੜਾ ਤੇਜ਼ ਹੋ ਗਿਆ ਮੇਰੇ ਵੀਰੋ, ਮੈਚ ਤੇਜ਼ ਹੋ ਗਿਆ, ਫਾਸਟ ਹੋ ਗਿਆ ਮੈਚ, ਮੈਚ ਜਿਹੜਾ ਫਾਸਟ ਹੈ। ਖੇਡ ਮੈਦਾਨ ਦੇ ਵਿੱਚ ਸੁਲਤਾਨ ਦੀ ਰੇਡ, ਚਾਰ ਜਾਫੀ, ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨ ਦੇ ਨਾਲ ਦੋ ਹੱਥ ਕਰੂ, ਗੱਲ ਸਮੇਂ ਦੀ ਮੇਰੇ ਵੀਰੋ, ਗੱਲ ਸਮੇਂ ਦੀ, ਗੱਲ ਸਮੇਂ ਦੀ। ਖੁਸ਼ੀ ਦੇ ਜੱਫੇ ਦਾ ਨੂਰ ਟੈਂਟ ਹਾਊਸ ਵੱਲੋਂ $500 ਦੇ ਨਾਲ ਮਾਣ ਸਨਮਾਨ ਕੀਤਾ ਜਾਵੇਗਾ। ਨੂਰ ਟੈਂਟ ਹਾਊਸ ਦੇ ਸਾਡੇ ਵੀਰਾਂ ਵੱਲੋਂ $500 ਖੁਸ਼ੀ ਦਾ। ਪਰ ਹੀਰੇ ਬੱਟ ਦੀ ਰੇਡ ਦੇ ਨਾਲ ਆਪਾਂ ਖੇਡ ਮੈਦਾਨ ਦੇ ਵਿੱਚ ਜੁੜੀਏ ਮੇਰੇ ਵੀਰੋ। ਹੀਰਾ ਬੱਟ ਕਬੱਡੀ ਪਾਲਾ ਜਲਾਲਪੁਰੀਆ,
ਆ ਟੱਕਰ ਦੇਖਣ ਨੂੰ ਦੁਨੀਆ ਤਰਸਦੀ ਸੀ ਪਰ ਵੇਖੀਏ ਪਾਲਾ ਤੇ ਹੀਰਾ ਪੱਟ ਚੋਰ ਵਾਓ ਗੱਭਰੂਆਂ ਪੁਆਇੰਟ ਰੀਡਰ ਦਾ ਸੰਦੀਪ ਲੁੱਧਰ ਫਰਕ ਦੇਣੇ ਡੌਲੇ ਪੈਣ ਪੱਟਾਂ ਉੱਤੇ ਘੁੱਗੀਆਂ ਸਾਨਾਂ ਵਾਲੇ ਭੇਡ ਵਿੱਚ ਤਾਕਤਾਂ ਨੇ ਗੁੱਜੀਆਂ ਮਿਹਨਤਾਂ ਖੁਰਾਕਾਂ ਦਾ ਨਤੀਜਾ 30 ਸਕਿੰਟਾਂ ਵਿੱਚ ਪਾਪੀਆ ਦਿਖਾ ਕੇ ਤਾਂ ਵੀ ਆਪ ਪਾਉਂਦਾ ਜਾਵੇ ਲੁੱਡੀਆਂ ਜੇ ਮਿਹਨਤਾਂ ਖੁਰਾਕਾਂ ਦਾ ਨਤੀਜਾ 30 ਸਕਿੰਟਾਂ ਵਿੱਚ ਲਾਓ ਬੱਲੇ ਬੱਲੇ ਬਹੁਤ ਵਧੀਆ ਨੌਜਵਾਨ ਸੰਦੀਪ ਲੁੱਧੜ ਲੱਖੇ ਦਿਆਲਪੁਰੀਏ ਸਾਡੇ ਵੀਰ ਦਾ ਵੀ ਧੰਨਵਾਦ ਹੈ ਇੱਕ ਵੀਰ ਦਾ ਸਾਨੂੰ ਫੋਨ ਪ੍ਰਾਪਤ ਹੋਇਆ ਨਿਸ਼ਾਨੀ ਦੱਸ ਕੇ ਆਪਣਾ ਫੋਨ ਹਾਸਲ ਕਰ ਲੈਣ ਲਾਓ ਮੈਦਾਨ ਦੇ ਵਿੱਚ ਪਈ ਹੋਈ ਭੁਪਿੰਦਰ ਸਿੰਘ ਹਰਖੋ ਵਾਲੀਏ ਸੇਠੀ ਦੀ ਰੇਡ ਦੇ ਨਾਲ ਆਪਾਂ ਫਿਰ ਜੁੜੀਏ ਮੈਦਾਨ ਦੇ ਅੰਦਰ ਲਾਓ ਆਓ ਬਹੁਤ ਵਧੀਆ ਦੇਖਦੇ ਵੀ ਪ੍ਰਦਰਸ਼ਨ ਅਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ਮਸਪੁਰੀਆ ਸੁਲਤਾਨ ਵਧਿਆ ਹੋਇਆ ਮੈਦਾਨ ਦੇ ਵਿੱਚ ਮੁੱਛ ਫੁੱਟ ਗੱਭਰੂ ਨੇ ਪਿੜਦੇ ਮੈਦਾਨਾਂ ਵਿੱਚ ਲੱਗਦਾ ਹੈ ਇੰਝ ਜਿਵੇਂ ਪੇੜ ਹੋਵੇ ਸਾਨਾ ਵਿੱਚ ਲਾਓ ਸਾਨਾ ਦਾ ਪੇੜ ਕਿ ਕਿੰਦੂ ਭੀਮਾ ਗੋਗੋ ਲੱਕੀ ਜੱਟ ਕੁਰਾਲੀ ਦਾ ਅਲੀ ਮੰਗਾ ਅਤੇ ਦਾਰਾ ਜੱਫਾ ਖਾਨੋ ਵਾਲੀ ਦਾ ਆਓ ਦੱਸ ਦਿੰਦਾ ਸੀ ਰਾਣਾ ਵੰਜ ਪਈ ਕਿੱਦਾਂ ਖੇਲੀ ਦਾ ਸੀ ਗੁੱਟ ਦਾ ਪੱਕਾ ਸਵਰਨਾ ਮੀਕਾ ਯਾਰ ਡਮੇਲੀ ਦਾ ਐਵੇਂ ਨਹੀਂ ਜਾਂ ਕਿਸੇ ਗਾਉਂਦਾ ਦਿਲਦਾਰਾਂ ਦੇ ਖੇਡਣ ਯੋਰਾਂ ਨਾਲ ਕਬੱਡੀ ਪੁਸਰਦਾਰਾਂ ਦੇ ਰਾਜੇ ਖੇਲੇ ਦਾ ਲਿਖਿਆ ਗੀਤ ਸਰਬਜੀਤ ਚੀਮੇ ਨੇ ਰੀਅਲ ਕਬੱਡੀ ਦੀ ਵੱਡੇ ਪਰਦੇ 'ਤੇ ਗੱਲ ਕੀਤੀ ਹੈ ਲਾਓ ਮੈਦਾਨ ਦੇ ਵਿੱਚ ਬਾਰੂ ਬਹੁਤ ਵਧੀਆ ਨੰਬਰ ਜੋੜਨ ਦੇ ਵਿੱਚ ਕਾਮਯਾਬ ਅਤੇ ਸੰਦੀਪ ਲੁੱਧੜ ਮਨ ਦੇ ਵਿੱਚ ਸੋਚ ਰੱਖ ਰਿਹਾ ਵੀ ਚਾਰ ਨੌਜਵਾਨਾਂ ਦੇ ਵਿੱਚੋਂ ਖੁਸ਼ੀ ਦੇ ਨਾਲ ਜਿਹੜੇ ਜਾਫੀ ਬੜੇ ਕਮਾਲ ਦੇ ਨੇ ਬੜੇ ਸ਼ਾਰਪ ਨੇ ਬੜੇ ਤੇਜ਼ ਤਰਾਰ ਨੇ ਲਾਓ ਸੰਦੀਪ ਲੁੱਧੜ ਦੀ ਪਈ ਹੋਈ ਕਬੱਡੀ 'ਤੇ ਕਿਹੜਾ ਨੌਜਵਾਨ ਆਜ਼ਾਦ ਐਫ ਸਪੋਰਟ ਕਬੱਡੀ ਕਲੱਬ ਦੀ ਟੀਮ ਦਾ ਰਾਜੇ ਸੰਘੇ ਉਹਨਾਂ ਦੀ ਖੇਡ ਕਲੱਬ ਮੁਠਾਡਿਆਂ ਦੇ ਦਾਰੇ ਉਹਨਾਂ ਦੀ ਖੇਡ ਕਲੱਬ ਦਾ ਰਾਜ ਨਹੀਂ ਜਫਾ ਲੱਗ ਸਕਿਆ ਅਤੇ ਪੁਆਇੰਟ ਸੰਦੀਪ ਲੁੱਧੜ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਹੀਰੇ ਬੱਟ ਦੀਆਂ ਤਿੰਨ ਕਬੱਡੀਆਂ 'ਤੇ ਗੁਪਤ $50 ਪੁੱਜੇ ਨੇ ਜੇ ਜਾਫੀ ਜਫਾ ਲਾ ਗਿਆ ਜਾਫੀ ਦਾ ਨਹੀਂ ਤਾਂ ਹੀਰੇ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ ਹੀਰਾ ਖੇਡ ਕਬੱਡੀ ਦਾ ਲਓ ਹੀਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਨੌਜਵਾਨ ਚਾਰ ਜਾਫੀ ਇੱਕ ਪਾਸੇ ਨਹੀਂ ਉਹ ਰੀਸਾ ਰਾਣਾ ਗਿੱਲ ਜੀ ਅਤੇ ਬੂਟਾ ਜੌਲ ਜੀ ਹੀਰੇ ਬੱਟ ਨੂੰ ਜਿੰਨੇ ਵੀ ਜੱਫੇ ਲਾਉਣਗੇ ਵੈਨਕੂਵਰ ਦੇ ਜਾਫੀ ਉਹਨੇ ਹੀ $200 ਹੀਰਾ ਬੱਟ ਜਿੰਨੇ ਪੁਆਇੰਟ ਲਊਗਾ ਨਿਊ ਮਿਲੇਨੀਅਮ ਟਾਇਰ ਦੇ ਇੰਦਰਜੀਤ ਧੁੱਗਾ ਜੀ ਧੁੱਗਾ ਬ੍ਰਦਰ ਨਾਲ ਬਾਸੀ ਬ੍ਰਦਰ ਆਟੋ ਬਾਂਧੇ ਬਲਰਾਜ ਸਿੰਘਾ ਬੱਬਲ ਸੰਗਰੂਰ ਦਾਰੇ ਮਠੱਡੇ ਹੋਣਾ ਸੀਤੇ ਹੋਣਾ ਵੱਲੋਂ ਉਹਨੇ ਹੀ 500 ਦਿੱਤੇ ਜਾਣਗੇ ਗੱਲ ਸਮੇਂ ਦੀ ਹੈ ਮਸਲਾ ਕੱਪ ਦਾ ਬਣ ਗਿਆ ਏ ਸੋਹਣਿਆ ਦੋ ਕੌਡੀਆਂ ਪਾ ਦੇ ਗੱਲ ਵੱਖਰੀ ਮੇਰੇ ਵੀਰੋ ਵੱਡੇ ਮਾਣ ਸਨਮਾਨ ਕੀਤੇ ਜਾ ਰਿਹਾ ਦੁਨੀਆ ਦੇ ਸਟਾਰਾਂ ਦੇ ਪਰ ਬਾਰੂ ਰੁੜਕੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਾਲਾ ਜਲਾਲਪੁਰੀਆ ਨੰਗਲੰਬੀਆਂ ਵਾਲਾ ਸੰਦੀਪ ਹੈ ਨਾਲ ਹੈਪੀ ਹੈ ਪਾਲੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਮੁੰਡਾ ਸਿੱਧੂਆਂ ਦਾ ਗੱਲਾਂ ਕਰਦਾ ਵੱਖਰੀਆਂ ਪਰ ਵੇਖਣਾ ਵੀ ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਨੌਜਵਾਨ ਇਹ ਹੈ ਬਾਰੂ ਤਿੰਦਾ ਗਰੇਵਾਲ ਅਤੇ ਮੱਗਰ ਵੀ ਗਿੰਦੂ ਭਿੰਡੀ ਮਾਰ ਥਾਪੀ ਸੱਭਾ ਮੰਗੀ ਕਾਟੋ ਅਤੇ ਫਿੱਟੂ ਬੜੇ ਪੁਰਾਣੇ ਪਾਪੀ ਕਈ ਹੋਰ ਖਿਡਾਰੀ ਵੀ ਖੇਡਣ ਵਿੱਚ ਵਿਦੇਸ਼ਾਂ ਆ ਕੇ ਆਓ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ 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 ਵਾਹ ਵੀ ਵਾਹ ਪੁਆਇੰਟ ਪਰਜੀਆਂ ਵਾਲੇ ਤਿੰਦੇ ਦਾ ਪੁਆਇੰਟ ਰੇਡਰ ਦਾ ਆਓ ਬਿਣਗ ਪ੍ਰਧਾਨ ਖੜੇ ਸਾਰੇ ਮੈਂਬਰ ਅਤੇ ਕਮੇਟੀ ਜੇ ਕੋਈ ਰੌਲਾ ਪੈ ਜਾਵੇ ਆ ਕੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਰਾੜਾਂ ਦਾ ਆਓ ਛੱਡ ਦਿਓ ਨਸ਼ੇ ਵਾਸਤੇ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾਂ ਬਹਿ ਜੀ ਗੋਡੀ ਲਾ ਕੇ ਲਾਓ ਲਾਭ ਹੀਰੇ ਦਾ ਗੀਤ ਵੀ ਦੁਨੀਆ ਦੇ ਮਸ਼ਹੂਰ ਹੋਇਆ ਮੱਖਣ ਬਰਾੜ ਨੇ ਆਪਣੀ ਕਲਮ ਤੋਂ ਗੱਲ ਵੱਖਰੀ ਕੀਤੀ ਅਤੇ ਬੁਲਾਰੇ ਆਪੋ ਆਪਣੇ ਅੰਦਾਜ਼ ਦੇ ਵਿੱਚ ਬੋਲਦੇ ਨੇ ਪਰ ਨੰਗਲੰਬੀਆਂ ਵਾਲਾ ਸੰਦੀਪ ਕਹਿੰਦਾ ਮੇਰਾ ਅੰਦਾਜ਼ ਵੱਖਰਾ ਲਾਓ ਹੀਰੇ ਦਾ ਅੰਦਾਜ਼ ਤਾਂ ਪਿਆਰਾ ਹੁੰਦਾ ਦੁਨੀਆ ਨੂੰ ਜਿੰਨੇ ਨੰਬਰ ਉਹਨੇ $500 ਹਰਵਿੰਦਰ ਵਾਸੀ ਸੁੱਖੇ ਵਾਸੀ ਉਹਨਾਂ ਵੱਲੋਂ ਇੰਦਰਜੀਤ ਧੁੱਗੇ ਉਹਨਾਂ ਵੱਲੋਂ ਮਾਨ ਸਨਮਾਨ ਦਾਰੇ ਮੁਠੱਡੇ ਉਹਨਾਂ ਵੱਲੋਂ ਲਾਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸੰਦੀਪ ਲੁੱਧੜ ਵਧਿਆ ਹੋਇਆ ਕਬੱਡੀ ਦਾ ਖਿਡਾਰੀ ਰਾਣਾ ਗਿੱਲ ਪੁਆਧੜੇ ਵਾਲਾ ਕਹਿੰਦਾ ਬੂਟੇ ਜੌਲ ਹੋਣੀ ਵੀ ਵੈਨਕੂਵਰ ਕਬੱਡੀ ਕਲੱਬ ਦੇ ਜਿੰਨੇ ਜਾਫੀ ਜਫੇ ਹੀਰੇ ਨੂੰ ਲਾਉਣਗੇ ਉਹਨੇ $200 ਦੇ ਨਾਲ ਮਾਨ ਸਨਮਾਨ ਦਿੱਤੇ ਜਾਣਗੇ ਲਾਓ ਅਗਲੀ ਰੇਡ AIFC ਸੌਕਰ ਕਲੱਬ ਵੱਲੋਂ ਜੇ ਪਾਲਾ ਹੀਰੇ ਨੂੰ ਜਫਾ ਲਾਵੇਗਾ ਤੇ $100 ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਹੁਣ ਆਪਾਂ ਮਾਨ ਸਨਮਾਨ ਕਰਾਂਗੇ ਜੀ ਗੁਲਾਮ ਅਬਾਸ ਬੱਟ ਦਾ ਤੇ ਤਾਹਿਰ ਗੁਰਾਇਆਂ ਦਾ ਦੋ ਕਬੱਡੀ ਦੇ ਸੁਪਰ ਸਟਾਰ ਖਿਡਾਰੀਆਂ ਦਾ ਮਾਨ ਸਨਮਾਨ ਜੱਗੀ ਜੀ ਬਿੰਦਰ ਜੀ ਰਾਜੂ ਤਰੀਕੇ ਹਰਦੀਪ ਫੂਲ ਜੀ ਕਿੱਧਰ ਨੇ ਉਹ ਵੀ ਮੈਦਾਨ ਦੇ ਵਿੱਚ ਪੁੱਜਣ ਜਲਦੀ ਤੋਂ ਜਲਦੀ ਮਾਨ ਸਨਮਾਨ ਜੋ ਹੈ ਉਹ ਕੀਤਾ ਜਾਵੇਗਾ ਤਾਹਿਰ ਗੁਰਾਇਆਂ ਅਤੇ ਗੁਲਾਮ ਅਬਾਸ ਬੱਟ ਸਾਡੀ ਖੇਡ ਕਬੱਡੀ ਦਾ ਰੁਸਤਮ ਖਿਡਾਰੀ ਲਾਓ ਆ ਜਾਓ ਮੈਚ ਮੇਰੇ ਪੰਜਾਬੀ ਵੀਰੋ ਅੱਧਾ ਨੰਬਰ ਤਾਂ ਬਾਅਦ ਦੇ ਵਿੱਚ ਦੱਸਾਂਗੇ ਆਜ਼ਾਦ ਐਫ ਸਪੋਰਟ ਕਬੱਡੀ ਕਲੱਬ ਦੇ ਨੰਬਰ ਨੇ 23
वैनकूवर कबड्डी क्लब के नंबर ने 23 ताड़िया मार दो 23 नंबर ने दोवें टीमों के अद्धे नंबर के नाल आजाद एपसोड की टीम लीड कर रही है अद्धे नंबर के नाल पर नंबर बराबर ने 23 23 23 23 मान सन्मान ताहिर गुराया का मान सन्मान ते नाल गुलाम अब्बास भट्ट दुनिया उत्ते हिक योर नाल औखे यारो रेडर थम्मणे हमबाद जावेद जंजुआ ते गुलाम अब्बास भट्ट दुनिया उत्ते मुड़ मुड़ के नहीं जम्मणे लली अमले संदीप ने इंटरव्यू दे विच आख्या भी बस भट्ट दे जंजुए दे जे कबड्डी पाउणी हुंदी सीगी ते वड्डा जिगरा चाहीदा सी लाओ आ महान कबड्डी खिलाड़ी दा मान सन्मान जिहड़ा जिन्हां नूं भट्ट दी खेड प्यारी रही ताड़ियां मार दिओ एक वारी गुलाम अब्बास भट्ट दे वास्ते ताहिर गुराया जिवें सुरजीत ककराली ने आख्या भी 2004 ते 2005 दे विच ताहिर की खेड भी बड़ी सलाहणयोग सीगी लाओ ताहिर गुराया एडमिंटन शहर दे विच रहिंदा है ताहिर दा मान सन्मान किया जा रहा 2 तरीक नूं लखवीर औजला जी होनी एडमिंटन दे लई ते पॉल भोपा राय जी राणा धालीवाल अलवाटा कबड्डी कप दे लई आप सब नूं सद्दे दे रहे ने यूनाइटेड कबड्डी फेडरेशन BCSA फेडरेशन दीआं टीमां उत्थे खेडणगीआं आप सब नूं सद्दे दित्ते जा रहे ने सो मान सन्मान होवेगा इधर स्टेज दे उपर हरदीप जी मान सन्मान काली फार्म वाले वीरां दा राजा सरपंच साहब उहनां दा ते पम्मा बनवै जी उन्हों का मान सम्मान जो मान जो शख्सीतों का वह भी किया जाएगा जिन्हों वालों पहले दूजे प्राइज स्पोंसर किए गए हैं इस क्लब का हाउस ऑफ टायर के मालक मिठू जी टोरंटो का वो बहुत वड्डा योगदान है मिठू वालों हरजीत तलवार कबड्डी क्लब एपसपोर्ट का बहुत बहुत धन्यवाद है उधर सैकंड हाफ की खेड शुरू हो गई सुरजीत ककराली जी ते प्रता शेरगढ़ चीमा गल करते हुए लो सैकंड हाफ 23-23 अंक हाफ समय तक बिल्कुल बराबरी से मैच खेडिया गया है बड़ा तकड़ा पहला हाफ जिहड़ा वो मैदान दे विच तकड़ नूं मिलिया है लोकी गल्लां करदे सी भी जदों हीरा भट्ट जलालपुरीए पाले ते रेडां पाऊ ते किहो जी गल बणूगी वो अज दिन आया होया है वो जिद वो अज दिन भागा वाला आया होया है ला हीरा भट्ट मैदान दे विच असमें कबड्डी पा रहा है ते दुनिया दे चार टॉप दे जाफी जलालपुरीए पाला नंगलमियां दा संदीप लो याद कहिंदे वी कोटली गाजरां दा है ला हीरा भट्ट मैदान दे विच तकड़े पैण दा वादा जिहड़ा है वो अपनी टीम दे हिस्से करदा होया अगली रेड नौजवान सुल्तान शमशपुरिया जिले पटियाले दा लो पासों दे लागे कहिंदे आलमपुर दे लागे पिंड है लो वेखो मैदान दे विच पई हुई कबड्डी ते चार जाफी बब्बर शेर तैयारी दे विच है लो सुल्तान बेहतरीन अंदाज दे विच अगले पिंड दा वादा करदा होया हीरा भट्ट अज दो दो कबड्डियां पाउंदा है तीन तीन भी पा दे जे फैडरेशन की रोक ना हो नौजवान हीरा भट्ट ला दो दो कबड्डियां पाने वाला मैदान दे विच हीरा भट्ट बिजली बोर्ड का हीरा भट्ट चक नंबर 5 कमालपुर का ला फैसलाबाद का मैदान दे विच डबल टच के इशारे नाल अगले पैण का वादा करता होया उधर याद कबड्डी क्लब के प्रधान साबी कूनर दारे होना का बलास संघे उन्हों का ला संदीप लुदड़ कबड्डी पा रहे हैं ते चार दुनिया के तनांतर दुग्गा वाले ते बड़िया आसा है और राणे ते बड़िया आसा है जखे पड़दे राज दी वक्री गल हो लो संदीप लुदड़ बेहतरीन अंदाज दे विच अगले पैण दा वादा करदा होया ते चीमियां दा पिरता करू गल बारू दी रेड दी रुड़की वाला बारू इस वेले खेड मैदान दे विच कबड्डी पाउण दे लई वादा होया पहले हाफ दी खेड 23-23 पॉइंट दोनों टीमां दे सन फाइनल रिजल्ट की होवेगा लो नंगल अंबिया वाला संदीप सवर्ण सिंह संधू का पुत भज गई कैंची सनी सोता भी बड़े पिंड वाला वेखदा भी हुण जफा ला देवे ते मैच दे विच कहिंदे थोड़ी बढ़त बन जाएगी लो जिन्हां जिन्हां नूं संदीप का जफा वधिया लग्या ताड़ी जोरदार नंगल अंबिया वाला संदीप खेड मैदान दे विच कबड्डी पा के सॉरी लो अगली रेड सुल्तान शमशपुर वाला कबड्डी पाने के लिए वाधा होया उधर आजाद है स्पोर्ट के चार जाफी दुग्गा वाला खुशी लो हुण वेखांगे सुल्तान की रेड चारां दे विचों प्रिंस कबड्डी वाला दुग्गा वाला खुशी ओ लो सुल्तान इस वेले पॉइंट का वाधा करता होया 30 सितंबर नूं
ਯੂਐਸਏ ਦੇ ਸੈਕਰਾਮੈਂਟੋ ਦੇ ਵਿੱਚ ਰੌਣਕਾਂ ਲੱਗਣਗੀਆਂ। ਸੈਮ ਦਸਾਂਝ ਸੁੱਖੀ ਸਿੱਖ ਹੋਣਾ ਦੇ ਵੱਲੋਂ ਇਸ ਕੱਪ ਦੇ ਲਈ ਸੱਦੇ ਆ। ਲਓ ਅਗਲੀ ਰੇਡ ਹੀਰਾ ਬੱਟ। ਜਿੱਦਾਂ ਕਕਰਾਲੀ ਸਾਹਿਬ ਨੇ ਪਹਿਲੇ ਬੋਲਿਆ ਵੀ ਹੀਰੇ ਬੱਟ ਤੇ ਪਾਲੇ ਦੀ ਟੱਕਰ ਵੇਖਣ ਵਾਲੀ ਆ, ਦੁਨੀਆ ਕਹਿੰਦੇ ਲਾਈਵ ਆਨੰਦ ਮਾਣ ਰਹੀ ਆ। ਹੀਰਾ ਬੱਟ ਤੇ ਜਲਾਲਪੁਰ ਦਾ ਪਾਲਾ, ਲਓ ਪੁਆਇੰਟ ਹੀਰੇ ਬੱਟ ਦਾ। ਜਿਨ੍ਹਾਂ ਨੂੰ ਹੀਰੇ ਦੀਆਂ ਰੇਡਾਂ ਵਧੀਆ ਲੱਗੀਆਂ ਤਾੜੀ ਜ਼ੋਰਦਾਰ। ਲਓ ਪੁਆਇੰਟ ਹੀਰੇ ਦਾ, ਹੀਰੇ ਬੱਟ ਨੇ ਪੁਆਇੰਟ ਦਾ ਵਾਅਦਾ ਕਰਤਾ। ਗੁਰਦੀਪ ਚੀਮੇ, ਹਰਦੀਪ ਫੂਲ ਹੋਣਾ ਨੂੰ, ਬਿੰਦਰ ਜਗਰਾਓ ਹੋਣਾ ਨੂੰ ਮੁਬਾਰਕਬਾਦ ਆ। ਰੋਟਰੀ ਖੇਡ ਸਟੇਡੀਅਮ ਦੇ ਵਿੱਚ ਰੌਣਕਾਂ, ਮੈਚ ਵੀ ਕਹਿੰਦੇ ਚੋਟੀ ਦੇ ਹੋਏ ਆ। ਉੱਧਰ ਵੇਖਾਂਗੇ ਆਜ਼ਾਦ ਐਂਡ ਐਵ ਸਪੋਰਟ ਦੀ ਟੀਮ ਦੇ ਚਾਰ, ਹੈਪੀ ਕਾਤਰੋ, ਰਾਜ ਜਖੇਪਲ, ਪ੍ਰਿੰਸ ਕਬੱਡੀ ਦਾ ਦੋਗਾਂ ਵਾਲਾ ਖੁਸ਼ੀ, ਸੰਦੀਪ ਲੁੱਧਰ ਦੀ ਰੇਡ। ਲਓ ਵੱਜ ਗਈ ਕੈਂਚੀ, ਪੁਆਇੰਟ ਲੁੱਧਰ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਬਿੱਟੂ ਸੰਧੂ ਨੰਗਲੰਬੀਆਂ ਵਾਲਾ, ਗਿਆਨ ਸਿੰਘ ਜੀ ਬਿਣਗ, ਰਾਣਾ ਗਿੱਲ ਪੁਆਧੜਿਆਂ ਵਾਲਾ, ਬਲਜੀਤ ਸਿੰਘ ਜੀ ਗਿੱਲ ਪੁਆਧੜੇ, ਸੁੱਖੀ ਬਿਣਗ ਦੀ ਯਾਦ। ਅੱਜ ਕਹਿੰਦੇ ਜਿੰਨਾ ਸਮਾਂ ਕਬੱਡੀ ਰਹਿਣੀ ਆ, ਪੁਆਧੜਿਆਂ ਵਾਲੇ ਬਲਜੀਤ ਗਿੱਲ ਹੋਣਾ ਦੀ ਯਾਦ ਵੀ ਨਾ ਖੇਡ ਮੈਦਾਨਾਂ ਦੇ ਵਿੱਚ ਆ। ਲਓ ਨੌਜਵਾਨ ਗਲੇਡੀਏਟਰ ਸੇਠੀ ਹਰਖੋਵਾਲ ਦਾ, ਰੂਬੀ ਦਾ ਵੀਰ, ਸਭੇ ਥਿਆੜੇ ਦਾ ਪਿੰਡ ਹਰਖੋਵਾਲ। ਲਓ ਪੁਆਇੰਟ ਸੇਠੀ ਦਾ। ਅਗਲੀ ਗੱਲ ਕਕਰਾਲੀ ਸਾਹਿਬ। ਲਓ ਸੁਲਤਾਨ ਦੀ ਰੇਡ ਆ ਰੁਪਿੰਦਰ ਦਵੇਸ਼ਰ, ਉੱਧਰ ਸੁਖਵਿੰਦਰ ਬੰਬ ਉਹਨਾਂ ਦੇ ਸਾਥੀ ਤਿਆਰੀ ਦੇ ਵਿੱਚ ਹੈ। ਖੁਸ਼ੀ ਜੇਕਰ ਜੱਫਾ ਲਾਊ ਤਾਂ $100 ਭੀਮਾ A1 ਰੇਲਿੰਗ ਵਾਲੇ ਦੇਣਗੇ। ਉੱਧਰ ਜਗਦੇਵ ਰਾਮੂ ਵਾਲੀਆ ਕਹਿੰਦਾ ਵੀ ਸਨਮਾਨ ਕਰਨਾ ਰਾਜੇ ਕਾਲੀ ਦਾ, ਉਹ ਸਨਮਾਨ ਕਰਨਾ ਜਸਵੀਰ ਬਣਵਾਇਤ ਦਾ। ਬੱਲੇ 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 ਬੱਲੇ। ਉਹ ਦਰਸ਼ਕ ਵੀਰੇ, ਉਹ ਮੈਚ ਦਾ ਨਜ਼ਾਰਾ ਆਉਂਦਾ ਅਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਇੱਕ ਵਾਰੀ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਲਾ ਹੀਰਾ ਬੱਟ ਕਬੱਡੀ ਪਾ ਰਿਹਾ ਮੋਣੇ ਹੋਣੀ। ਉੱਧਰ ਕਹਿੰਦੇ ਵੀ ਬਰਾਟੀ ਗਿੱਲ ਹੋਣੀ USA ਤੋਂ ਪੁੱਜੇ ਹੋਏ ਹੈ, ਵੀ ਪਾਲਾ ਹੀਰੇ ਬੱਟ ਨਾਲ ਕਿਹੋ ਜਿਹੇ ਦੋ ਹੱਥ ਕਰਦਾ। ਲਓ ਚਾਰ ਜਾਫੀਆਂ ਦੇ ਵਿੱਚੋਂ ਸੰਦੀਪ ਨੰਗਲੰਬੀਆਂ ਦਾ, ਦੂਜੇ ਪਾਸੇ ਹੀਰਾ ਬੱਟ, ਹੀਰਾ ਬੱਟ, ਹੀਰਾ ਬੱਟ ਅਤੇ ਪੁਆਇੰਟ ਹੀਰੇ ਬੱਟ ਦੇ ਹਿੱਸੇ ਹੈ। ਲਓ ਪੁਆਇੰਟ ਹੀਰੇ ਬੱਟ ਦੇ ਹਿੱਸੇ ਹੈ। ਬੜਾ ਤਕੜਾ ਮੈਚ ਹੈ। ਭੀਮਾ A1 ਰੇਲਿੰਗ ਨੇ ਐਲਾਨ ਕਰ ਦਿੱਤਾ ਵੀ ਦੋਗਾਂ ਵਾਲਾ ਖੁਸ਼ੀ ਜਿੰਨੇ ਜੱਫੇ ਲਾਊ ਪਰ ਜੱਫੇ ਦੇ $100 ਹੋਣਗੇ। ਉੱਧਰ ਸਾਡੇ ਨੂਰ ਟੈਂਟ ਵਾਲੇ ਅੰਮ੍ਰਿਤਪਾਲ ਨੇ ਵੀ $500 ਦਾ ਐਲਾਨ ਕੀਤਾ ਹੋਇਆ। ਆਓ ਬੱਲੇ 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 ਬੱਲੇ। ਆਹ ਕਬੱਡੀ 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 ਕਬੱਡੀ, ਹੱਥ ਪਾਉਣ ਨੂੰ ਜਗ੍ਹਾ ਹੀ ਨਹੀਂ ਕਿਤੇ, ਹੱਥ ਪਾਉਣ ਨੂੰ ਜਗ੍ਹਾ ਹੀ ਨਹੀਂ ਕਿਤੇ। ਅਤੇ ਪੁਆਇੰਟ ਸੰਦੀਪ ਲੋਧੜ। ਉੱਧਰ ਸਰਦਾਰ ਜਸਵੀਰ ਸਿੰਘ ਜੀ ਬਣਵਾਇਤ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਮਾਨ ਸਨਮਾਨ ਕੀਤਾ ਜਾ ਰਿਹਾ, ਜਿਹਨਾਂ ਵੱਲੋਂ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਸਪੋਂਸਰ ਕੀਤਾ ਗਿਆ। ਸਰਦਾਰ ਜਸਵੀਰ ਸਿੰਘ ਜੀ ਬਣਵਾਇਤ, ਮਨਮੋਹਣ ਹੀਰ ਉਹਨਾਂ ਦੇ ਸਨਮਾਨ ਹੋ ਰਹੇ ਹੈ। ਉੱਧਰ ਨੌਜਵਾਨ ਸੇਠੀ ਹਰਖੋਵਾਲੀਆ ਕਬੱਡੀ ਪਾ ਰਿਹਾ। ਲਓ ਸ਼ੀਰਾ ਖੁਸ਼ ਹੈ। ਲਓ ਮੈਦਾਨ ਦੇ ਵਿੱਚ ਜਲਾਲ ਪ੍ਰਿਆ ਪਾਲਾ ਤਕੜਾ ਜੱਫਾ ਲਾਉਂਦਾ ਹੋਇਆ। ਉਹਨਾਂ ਤੋਂ ਬਾਅਦ ਸਾਡੇ ਰਾਜੇ ਸਰਪੰਚ ਦਾ, ਘਾਲੀ ਫਾਰਮ ਵਾਲੇ ਰਾਜੇ ਸਰਪੰਚ ਦਾ ਵਿਸ਼ੇਸ਼ ਤੌਰ 'ਤੇ ਮਾਨ ਸਨਮਾਨ ਹੋ ਰਿਹਾ। ਉੱਧਰ ਕਬੱਡੀ ਬੜੀ ਤਕੜੀ ਹੈ। ਇੱਧਰ ਜਗਦੇਵ ਰਾਮੂ ਵਾਲੀਆ ਕਹਿੰਦਾ ਮਾਨ ਸਨਮਾਨ ਹੋਣਗੇ। ਲਓ ਮੈਦਾਨ ਦੇ ਵਿੱਚ ਸੰਦੀਪ ਲੋਧੜ ਦੀ ਅਗਲੀ ਕਬੱਡੀ ਹੈ। ਇਹ ਆ ਕਬੱਡੀ ਦਾ ਵੱਡਾ ਮੱਲ, 24 ਕਬੱਡੀਆਂ ਪਾ ਕੇ ਟੋਰਾਂਟੋ ਦੇ ਵਿੱਚ ਇਤਿਹਾਸ ਲਿਖਤਾ ਸੁਨਹਿਰੀ ਪੰਨਿਆਂ 'ਤੇ, ਪਰ ਦੁੱਗਾਂ ਵਾਲਾ ਖੁਸ਼ੀ ਨਹੀਂ ਰੋਕ ਸਕਿਆ ਅਤੇ ਪੁਆਇੰਟ ਧਾਵੀ ਦਾ। ਉੱਧਰ ਸ਼ਾਨ ਰੰਧਾਵਾ, ਇਹ ਪਹਿਲਵਾਨ ਕਹਿੰਦੇ ਵੀ ਜੋ ਨੌਜਵਾਨ 24 ਦੇਸ਼ਾਂ ਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਇਆ, ਸ਼ਾਨ ਰੰਧਾਵਾ ਐਵ ਸਪੋਰਟ ਦੀ ਸ਼ਾਨ ਹੈ। ਲਓ ਹੀਰਾ ਬੱਟ ਕਬੱਡੀ ਪਾ ਰਿਹਾ ਅਤੇ ਫਿਰਤਾ ਕਰੂ ਗੱਲ। ਲਓ ਹੀਰਾ ਬੱਟ, ਯਾਦ ਕੋਟਲੀ ਦੀ ਟਰਾਈ ਪਰ ਪੁਆਇੰਟ ਆ ਜਿਹੜਾ ਹੀਰੇ ਬੱਟ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਮੱਲੀ ਆਸਟ੍ਰੇਲੀਆ ਸੀਰਾ ਮੱਲਾ ਮੰਨੇ ਸੰਧੂ ਹੋਣਾ ਦਾ ਵੀ ਧੰਨਵਾਦ। ਲਓ ਸੁਲਤਾਨ ਸ਼ਮਸ਼ਪੁਰ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗਿਆਨ ਸਿੰਘ ਜੀ ਬਿਣਗ, ਇੱਕ ਸੱਚੇ ਆਸ਼ਿਕ ਆ ਖੇਡ ਕਬੱਡੀ ਦੇ, ਸਨੀ ਸੋਤ ਤੇ ਹੋਣਾ ਦੀ ਗੱਲ ਆ, ਬੜਾ ਪਿੰਡ ਫਲੋਰ ਗਰਾਇਆਂ ਦੇ ਏਰੀਆ, ਉਹਨਾਂ ਦੀ ਖੇਡ ਕਲੱਬ ਦਾ ਧਾਵੀ ਇਸ ਵੇਲੇ ਸੁਲਤਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸੁਲਤਾਨ ਸ਼ਮਸ਼ਪੁਰ ਵਾਲਾ ਰਾਣਾ ਅਲੀ ਸ਼ਾਨ ਅਤੇ ਸੁਲਤਾਨ ਵੋਏ, ਪੁਆਇੰਟ ਸੁਲਤਾਨ ਦਾ। ਮੇਰੀ ਬੇਨਤੀ ਹੈ ਕਿ ਦਰਸ਼ਕਾਂ ਨੂੰ ਇਮਾਨਦਾਰੀ ਦੇ ਨਾਲ ਜੇ ਅੱਜ ਦੇ ਮੈਚਾਂ ਦਾ ਨਜ਼ਾਰਾ ਆ ਤਾੜੀ ਮਾਰ ਕੇ ਦੱਸ ਦਿਓ। ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ। BC ਯੂਨਾਈਟਡ ਕਬੱਡੀ ਫੈਡਰੇਸ਼ਨ, ਗਿਆਨ ਬਣਿੰਗ ਹੋਣੀ, ਚੇਅਰਮੈਨ ਗਾਜ਼ੀਪੁਰ ਦੇ ਲੱਖੇ ਹੋਣਾ ਨੂੰ ਮੁਬਾਰਕਬਾਦ ਆ, ਬਿੰਦਰ ਜਗਰਾਓ ਹੋਣਾ ਨੂੰ। ਲਓ ਹੀਰਾ ਬੱਟ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ।
ਕਿ ਬਾਬਾ ਆਪੇ ਤਖ਼ਤ ਬਿਠਾ ਦੇਵੇ, ਬੰਦਾ ਹੋਵੇ ਨਾ ਬੇਨੀਤ ਕੁੜੇ। ਲਓ ਨੰਗਲ ਅੰਬੀਆਂ ਵਾਲਾ ਸੰਦੀਪ, ਪਿੰਕੇ ਸੇਖੋਂ ਦਾ ਵੀ ਕਹਿੰਦੇ ਚੇਤਾ, ਲਓ ਸੰਦੀਪ ਤੇ ਹੀਰਾ ਪੱਟ ਲੱਗਿਆ ਪਿਆ ਜੋਰ ਕਬੱਡੀ। ਓ ਪੁਆਇੰਟ ਹੀਰੇ ਬੱਟ ਦਾ, ਪੁਆਇੰਟ ਹੀਰੇ ਬੱਟ ਦਾ, ਹੀਰਾ ਬੱਟ ਸੰਦੀਪ ਲੋਧਰ, ਦੋ ਸਟਾਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀਆਂ ਲਗਾਤਾਰ ਪਾ ਰਹੇ ਆ। ਅਗਲੀ ਰੇਡ ਲੁੱਧਰ ਦੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਚੁੱਕੀ ਆ। ਲੱਭੀ ਧਾਲੀਵਾਲ ਨੂੰ ਧੰਨਵਾਦ ਆ ਐਸ ਜੀ ਕੰਕਰੀਟ ਵਾਲੇ ਦਾ। ਲਓ ਨੌਜਵਾਨ ਹੀਰੇ ਬੱਟ ਦੀਆਂ ਤਿੰਨ ਕਬੱਡੀਆਂ, ਬਿੱਟੂ ਦਵੇਸਰ, ਲਓ ਸੇਠੀ ਹਰਖੋਵਾਲ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਏ ਆਈ ਐਫ ਐਸ ਸੋਕਰ ਕਲੱਬ ਦੇ ਵੱਲੋਂ ਐਲਾਨ ਵੀ ਹੀਰੇ ਬੱਟ ਨੂੰ ਜੱਫਾ ਜਿਹੜਾ ਲਾਵੇ $100 ਹੋਣਗੇ। ਲੈ ਵੀ ਵੇਖ ਲਾ ਮੱਲੇ ਵਾਲੇ ਸੀਰੀਆ, ਉਹ ਚੱਲਿਆ ਹਰਖੋ ਵਾਲੀਆ, ਕਕਰਾਲੀ ਸਾਹਿਬ ਕਰਿਓ ਗੱਲ ਉੱਧਰ ਦੀ ਰੇਡ। ਲਾ ਹੀਰੇ ਬੱਟ ਦੀਆਂ ਤਿੰਨ ਕਬੱਡੀਆਂ ਤੇ $300 ਹੋਵੇਗਾ, ਪਰ ਉਹ ਤੋਂ ਪਹਿਲਾਂ ਸੰਦੀਪ ਲੋਧੜ, ਜਿਸ ਨੌਜਵਾਨ ਦੀ ਗੱਲ ਕੀਤੀ ਵੀ ਲੋਕਲ ਸੀਜ਼ਨ 'ਚ 24 ਕਬੱਡੀਆਂ ਪਰ 27ਵੇਂ ਕਨੇਡਾ ਕਬੱਡੀ ਕੱਪ 'ਤੇ 26 ਕਬੱਡੀਆਂ ਪਾਉਣ ਵਾਲਾ ਸੰਦੀਪ ਲੋਧੜ ਕਬੱਡੀ ਪਾ ਰਿਹਾ। ਲਾ ਵੇਖੋ ਦੁੱਗਾਂ ਵਾਲਾ ਅਤੇ ਸੰਦੀਪ ਨੱਚਦਾ ਟੱਪਦਾ ਆਉਂਦਾ। ਹੀਰੇ ਬੱਟ ਦੀਆਂ ਤਿੰਨ ਕਬੱਡੀਆਂ ਤੇ 300, ਜਿੱਥੇ ਸੁਖਵਿੰਦਰ ਬੰਬ, ਰੁਪਿੰਦਰ ਦਵੇਸ਼ਰ ਤੇ ਜੀਵਨ ਦਿਓਲ, ਉਹਨਾਂ ਵੱਲੋਂ $300 ਹੋਣਗੇ। ਲਓ ਮੈਦਾਨ ਦੇ ਵਿੱਚ ਬਾਰੂ ਰੁੜਕੀ ਵਾਲਾ ਕਬੱਡੀ ਪਾ ਰਿਹਾ। ਰੁੜਕੀ ਵਾਲੇ ਬਾਰੂ ਦੀ ਰੇਡ ਹੈ ਤੇ ਕੌਣ ਮਾਂਦਾ ਸ਼ੇਰ ਪੁੱਤ ਦੁਆਤ ਕਰਦਾ, ਯਾਦ ਕੋਟਲੀ ਗਾਜਰਾਂ ਦਾ ਸੁਖਦੀਪ ਸ਼ੀਪਾ। ਲੈ ਵੀ ਸ਼ੀਪਿਆ ਵੇਖ ਨਜ਼ਾਰਾ, ਵੇਖ ਸਾਹਮਣੇ ਵੇਖ ਨਜ਼ਾਰਾ, ਵੇਖ ਨਜ਼ਾਰਾ ਕਬੱਡੀ ਦਾ। ਆਹ ਬੱਲੇ ਬੱਲੇ ਹੋ ਗਈ, ਬੱਲੇ ਬੱਲੇ ਹੋ ਗਈ ਮਿੱਤਰੋ, ਯਾਦ ਕੋਟਲੀ ਗਾਜਰਾਂ ਦਾ ਐਨ ਤਕੜਾ ਜਫਾ ਲਾ ਕੇ ਇਹ ਪੁਆਇੰਟ ਆਪਣੀ ਟੀਮ ਦੇ ਸਜੋੜਦਾ ਹੋਇਆ। ਲਓ ਸੁਲਤਾਨ ਅਗਲੀ ਕਬੱਡੀ ਪਾਉਣ ਲਈ ਤਿਆਰੀ ਦੇ ਵਿੱਚ ਹੈ। ਦੁੱਗਾਂ ਵਾਲਾ ਖੁਸ਼ੀ, ਨਾਲ ਬੰਟੀ, ਨਾਲ ਰਾਣਾ ਅਲੀਸ਼ਾਨ ਅਤੇ ਨਾਲ ਕਹਿੰਦੇ ਵੀ ਰਾਜ ਖੇਪਲ, ਇਹ ਬਲਾਸ ਸੰਘੇ ਉਹਨਾਂ ਦੇ, ਦਾਰੇ ਉਹਨਾਂ ਦੇ, ਸਾਪੀ ਕੁਨੂਰਾਂ ਦੀ ਟੀਮ ਦੇ ਚਾਰ ਜਾਫੀ ਸੀ ਅਤੇ ਤਖਾਣ ਵੱਧ ਉਹਨਾਂ ਦੀ ਟੀਮ ਦੇ ਚਾਰ ਜਾਫੀ ਤਿਆਰੀ ਦੇ ਵਿੱਚ ਹੈ। ਲਓ ਸੁਲਤਾਨ ਦੀ ਰੇਡ 'ਤੇ ਰਾਣਾ, ਰਾਣਾ ਅਲੀ ਸ਼ਾਨ ਲੈਂਦੇ ਪੰਜਾਬ ਦਾ ਤਕੜੀ ਕੋਸ਼ਿਸ਼ ਕਰਦਾ ਹੋਇਆ। ਇਹ ਪੁਆਇੰਟ ਧਾਵੀ ਦਾ ਅਤੇ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਸਜੋੜ ਦਿੱਤਾ। ਲਓ ਅਗਲੀ ਰੇਡ ਰੂਬੀ ਮੈਦਾਨ ਦੇ ਵਿੱਚ ਸੇਠੀ ਹਰਕੁਆਰੀਆ, ਰੂਬੀ ਦਾ ਵੀਰ, ਆਹ ਲੱਕੀ ਥਿਆੜਾ, ਇਹ ਆ ਲੱਕੀ ਥਿਆੜਾ, ਵੇਖੋ ਸਾਹਮਣੇ ਮੈਦਾਨ ਦੇ ਵਿੱਚ ਨੱਚਦਾ ਟੱਪਦਾ ਭੰਗੜੇ ਪਾਉਂਦਾ ਹੋਇਆ, ਅਗਲੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ। ਸੰਦੀਪ ਲੋਧੜ ਦੀ ਰੇਡ ਅਤੇ ਪਿਰਤਾ ਕਰੂ ਗੱਲ। ਲਓ ਅਗਲੀ ਰੇਡ ਸੰਦੀਪ ਲੋਧੜ, ਬਘੇਲ ਸਿੰਘ ਘਮਾਣ ਦੇ ਪੁੱਤ ਦਾ ਬੋਲਿਆ ਹੋਇਆ ਧਾਵਾ, ਇੱਕ ਕੰਨੀ ਤੇ ਕਹਿੰਦੇ ਰਾਣਾ ਅਲੀ ਸ਼ਾਨ, ਰਾਜ ਜਖੇਪਲ ਵਾਲਾ। ਲਓ ਪੁਆਇੰਟ ਰਾਜ ਜਖੇਪਲ ਦਾ, ਪੁਆਇੰਟ ਆਜ਼ਾਦ ਐਂਡ ਐਵਸ ਬੋਰਡ ਕਬੱਡੀ ਕਲੱਬ ਦਾ, ਮਠੱਟਿਆਂ ਵਾਲੇ ਦਾਰੇ ਹੋਣਾਂ ਦੀ, ਬਲਰਾਜ ਸੰਘੇ ਹੋਣਾਂ ਦੀ, ਬੱਬਲ ਸੰਗਰੂਰ ਹੋਣਾਂ ਦੀ ਖੇਡ ਕਲੱਬ ਦੇ ਹਿੱਸੇ ਵਿੱਚ ਜੁੜਦਾ ਹੋਇਆ ਕਿ ਯਾਰੀ ਸਾਬੀ ਨਾਲ ਲਾ ਕੇ ਰੱਖਾਂ ਮੁੱਚ ਜੀ ਚੜ੍ਹਾ ਕੇ ਸਾਬੀ ਕੂੰਦਰ ਹੋਣਾਂ ਦਾ ਧੰਨਵਾਦ, ਗੋਲੂ ਹੋਣਾਂ ਦਾ, ਪਾਮੀਆਂ ਫਰੇਮਕ ਵਾਲੇ ਕਾਲੇ ਹੋਣਾਂ ਦਾ। ਲਓ ਹੀਰੇ ਬੱਟ ਦੀ ਰੇਡ, $300 ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ। ਰੁਪਿੰਦਰ ਦਵੇਸਰ, ਸੁਖਵਿੰਦਰ ਬੰਬ ਅਤੇ ਜੀਵਨ ਦਿਓਲ ਹੋਣਾਂ ਦੇ ਵੱਲੋਂ $300 ਦੀ ਰੇਡ। ਲੈ ਵੀ ਪਾਲਿਆ ਲਾ ਦੇ ਜੱਫਾ, $300। ਲਓ ਸੀਪਾ ਸਾਡਾ ਵੀਰ ਡਾਲੇ ਵਾਲਾ ਵੀ ਕਹਿੰਦੇ ਆਨੰਦ ਮਾਣਦਾ ਬਾਈ। ਹੀਰੇ ਬੱਟ ਦੀਆਂ ਰੇਡਾਂ ਦਾ ਨਜ਼ਾਰਾ ਆਇਆ, ਤਾੜੀ ਜ਼ੋਰਦਾਰ ਮਾਰ ਦਿਓ। ਲਓ ਸੁਲਤਾਨ ਦੀਆਂ ਕਹਿੰਦੇ ਤਿੰਨ ਰੇਡਾਂ, $100 ਦੀਆਂ ਪੈਣਗੀਆਂ। ਮੱਲੀ ਆਸਟ੍ਰੇਲੀਆ ਅਤੇ ਸੀਰੇ ਮੱਲੇ ਦੇ ਵੱਲੋਂ ਪਹਿਲੀ ਰੇਡ ਪੈ ਚੁੱਕੀ ਆ। ਸੁਲਤਾਨ ਸ਼ਮਸ਼ਪੁਰ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਲੈ ਵੀ ਵੇਖ ਲਾ ਰਾਮੂ ਵਾਲੇ ਵਾਲਿਆ, ਜਗਦੇਵ ਐਂਡ ਮੈਚਾਂ ਦਾ ਆ ਗਿਆ ਸਵਾਦ। ਸੁਲਤਾਨ ਸੁਲਤਾਨ ਰਾਣਾ ਅਲੀ ਸ਼ਾਨ, ਲਓ ਬੱਲੇ ਓਏ ਜਖੇਪਣ ਵਾਲਾ ਰਾਜ, ਐਵੇਂ ਨਹੀਂ ਕਹਿੰਦੇ ਸਕਾਰਪੀਓ ਗੱਡੀ ਮਿਲੀ, ਮੈਚ ਦਾ ਪਾਸਾ ਪਲਟਤਾ। ਐਨ ਯਾਦਗਾਰੀ ਜੱਫੇ ਜਿਹੜੇ ਇਸ ਮੈਚ ਦੇ ਵਿੱਚ ਜਖੇਪਣ ਵਾਲੇ ਰਾਜ ਨੇ ਲਾਇਆ, ਕਾਕੇ ਖੱਟੜਿਆ ਵੇਖ ਲੈ, ਇਹ ਆ ਕਬੱਡੀ। ਲਓ ਦੂਜੀ ਰੇਡ ਹੀਰੇ ਬੱਟ ਦੀ, $300 ਲੱਗਿਆ ਹੋਇਆ। ਜਲਾਲਪੁਰ ਦਾ ਪਾਲਾ, ਕੋਟਲੀ ਦਾ ਯਾਦ, ਐਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿਆਰ ਹੈ। ਥਾਪਲਕੇ ਦਾ ਬੂਟਾ ਜੌਲ ਵੇਖਦਾ ਵੀ ਨੰਗਲ ਅੰਬੀਆਂ ਵਾਲਾ ਸੰਦੀਪ, ਸੰਦੀਪ ਪੁਆਇੰਟ ਹੀਰੇ ਬੱਟ ਦਾ। ਗੁਲਾਮ ਅਵਾਸ ਬੱਟ ਜੀ ਦਾ ਵੀ ਧੰਨਵਾਦ ਆ,
ਜਿਹੜੇ ਸਟਾਰ ਰਹੇ ਆ ਸਟਾਰ ਪੈਦਾ ਕੀਤਾ ਪਰ ਆ ਵੀ ਕਹਿੰਦੇ ਘੱਟ ਨਹੀਂ ਇਹ ਵੀ ਨੌਜਵਾਨ ਅੰਟਾਰੀਓ ਦੇ ਪੂਰੇ ਸੀਜ਼ਨ ਦਾ ਬੈਸਟ ਕੈਨੇਡਾ ਕੱਪ ਦਾ ਬੈਸਟ ਲਓ ਸੰਦੀਪ ਲੁੱਦਰ ਦੀ ਰੇਡ ਬੰਟੀ ਪਰ ਪੁਆਇੰਟ ਲੁੱਦਰ ਦਾ ਕਕਰਾਲੀ ਸਾਹਿਬ ਕਰਿਓ ਗੱਲ ਰੂਬੀ ਦਾ ਵੀਰ ਸੇਠੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲਓ ਸੇਠੀ ਹਰਖਵਾੜੀ ਆ ਐਨ ਕਹਿੰਦੇ ਪਤਲਾ ਪਤੰਗ ਜਿਹਾ ਸਰੀਰ ਹੈ ਉਡੋ ਉਡੂ ਕਰਦੀ ਜਵਾਨੀ ਹੈ ਲੋੜਿਆਂ ਦਾ ਜੋਸ਼ ਹੈ ਲੋੜਿਆਂ ਦਾ ਖਰੋਸ਼ ਹੈ ਤੇ ਜਲਾਲ ਪ੍ਰਿਆ ਪਾਲਾ ਇਹ ਹੈ ਮੋਹਣੇ ਦਾ ਚਹੇਤਾ ਇਹ ਹੈ ਪ੍ਰੈਕਟੀਕਲ ਕਹਿੰਦੇ ਮਲਵਾਕੀ ਵਾਲੇ ਦਾ ਚਹੇਤਾ ਲਓ ਪਾਲਾ ਪਾਲਾ ਆਓ ਵੇਖੋ ਨਜ਼ਾਰਾ ਤੇ ਧੂਰੀ ਵਾਲਾ ਸੁਖੀ ਕੀ ਫੈਸਲਾ ਦਿੰਦਾ ਹੈ ਧੂਰੀ ਵਾਲਾ ਸੁਖੀ ਕੀ ਫੈਸਲਾ ਦਿੰਦਾ ਹੈ ਵੀ ਪੁਆਇੰਟ ਧਾਵੀ ਦਾ ਉੱਧਰ ਸੁਲਤਾਨ ਦੀਆਂ ਤਿੰਨ ਕਬੱਡੀਆਂ ਤੇ ਸ਼ੀਰਾ ਮੱਲਾ ਤੇ ਮੱਲੀ ਆਸਟ੍ਰੇਲੀਆ ਵੱਲੋਂ $100 ਲੱਗਾ ਹੋਇਆ ਲਓ ਸੰਦੀਪ ਲੁੱਦੜ ਛੱਬੀ ਕਬੱਡੀਆਂ ਪਾਉਣ ਵਾਲਾ ਉੱਧਰ ਰਾਣਾ ਵਾਲੀ ਸ਼ਾਨ ਆਓ ਬੱਲੇ ਆਓ ਬੱਲੇ ਆਓ ਨੱਚਦਾ ਆਓ ਨੱਚਦਾ ਆਓ ਨੱਚਦਾ ਟੱਪਦਾ ਇਹ ਆ ਸੰਦੀਪ ਜਦੋਂ ਨੱਚਦਾ ਕਹਿੰਦੇ ਨਜ਼ਾਰਾ ਵੱਖਰਾ ਹੁੰਦਾ ਹੈ ਨਜ਼ਾਰਾ ਵੱਖਰਾ ਹੁੰਦਾ ਹੈ ਨਿਰਮਲ ਗਿੱਲ ਮੰਨਾ ਸੰਧੂ ਇਹ ਵੀ ਸਾਡੇ ਵੀਰ ਮਾਣ ਦੇਣਗੇ ਖਿਡਾਰੀਆਂ ਨੂੰ ਹੀਰੇ ਬੱਟ ਦੀ ਤੀਜੀ ਰੇਡ ਹੈ ਹੀਰੇ ਬੱਟ ਦੀ ਤੀਜੀ ਰੇਡ ਹੈ ਸੁਖਵਿੰਦਰ ਬੰਬ ਨਾਲ ਸਾਡਾ ਵੀਰ ਰੁਪਿੰਦਰ ਦਵੇਸ਼ਰ ਤੇ ਜੀਵਨ ਦਿਓਲ ਲਓ $300 ਲੱਗਾ ਹੋਇਆ $300 ਲਓ $300 ਰੁਪਿੰਦਰ ਦਵੇਸ਼ਰ ਜੀ $300 ਜਿਹੜਾ ਉਹ ਪ੍ਰੀਤ ਸਾਡੇ ਕੋਲ ਪੁੱਜਦਾ ਕਰ ਦਿਓ $300 ਸੁਖਵਿੰਦਰ ਬੰਬ ਜੀ ਪੁੱਜਦਾ ਕਰ ਦਿਓ ਲਓ ਸੁਲਤਾਨ ਕਬੱਡੀ ਬਾਰੇ ਹੈ ਲਓ ਸੁਲਤਾਨ ਦੀ ਅਗਲੀ ਰੇਡ ਵੇਖੋ ਸਾਹਮਣੇ ਕੌਣ $100 ਦੀ ਲਓ ਰੇਡ $100 ਦੀ ਉੱਧਰ ਦੁੱਗਾਂ ਵਾਲਾ ਖੁਸ਼ੀ ਆ ਆ ਆ ਉਦਾਰਾ ਉਹ ਨੱਚਦਾ ਫਿਰੇ ਇਹਨੂੰ ਕਹਿੰਦੇ ਵੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਲਓ ਦਾਰਾ ਔਜਲਾ ਐਨ ਕਹਿੰਦੇ ਵੀ ਖੁਸ਼ ਹੈ ਬਲਾ ਸੰਘੇ ਵਰਗਾ ਸ਼ੀਪਾ ਖੁਸ਼ ਹੈ ਜੱਗਾ ਰਾਜਸਥਾਨੀ ਖੁਸ਼ ਹੈ ਲਓ ਪੁਆਇੰਟ ਕਿਹਦੇ ਹਿੱਸੇ ਜੁੜਦਾ ਹੈ ਜਗਦੇਵ ਰਾਮੂ ਵਾਲੀ ਆ ਬਿੰਦਰ ਜਗਰਾਓ ਨਾਲ ਕਹਿੰਦੇ ਹਰਦੀਪ ਫੁੱਲ ਉਹਨਾਂ ਦਾ ਖੇਡ ਮੇਲਾ ਜਗਤਾਰ ਰਾਓ ਕੇ ਉਹਨਾਂ ਦਾ ਖੇਡ ਮੇਲਾ ਸਫਲ ਹੋ ਗਿਆ ਗੁਰਦੀਪ